ਜਦੋਂ ਨਾ ਅੰਧੇਰੀ ਤੂਫਾਨ ਆਇਆ ਤਾਂ ਉਹ ਆ ਗਈ ਆ ਬਾਰਿਸ਼, ਤਾਂ ਮੈਂ ਜਾ ਰਹੀ ਛੱਤ 'ਤੇ, ਪਰ ਛੱਤ 'ਤੇ ਮੈਂ ਆ ਚੁੱਕੀ ਹਾਂ। ਓਏ ਹੋਏ ਓਏ ਹੋਏ, ਹਾਂ ਉਹ ਵੀ ਬੜੇ ਮਹਿੰਗੇ ਕੱਪੜੇ ਆਏ ਹੋਏ ਖਾਤਰ ਜਾ ਕੇ, ਮੈਂ ਛੱਤ 'ਤੇ ਆ ਗਈ ਹੁਣ, ਛੱਤ 'ਤੇ ਕੰਮ ਕਰ ਰਿਹਾ, ਸਫਾਈ ਕਰਨੇ ਲੱਗਿਆ ਮੇਰੇ ਖਿਆਲ 'ਤੇ, ਮੌਸਮ ਬਹੁਤ ਪਿਆਰਾ ਹੋ ਗਿਆ। ਛੱਤ 'ਤੇ ਮੈਂ ਨਹੀਂ ਆਤੀ, ਮੈਂ ਬਹੁਤ ਕੰਮ ਆਤੀ ਨਹੀਂ ਹੂੰ, ਬਹੁਤ ਕੰਮ, ਵਹੀ ਦੇਰ ਬਾਅਦ ਆਈ ਹੂੰ। ਕਿਆ ਖਾਇਆ? ਪੀਜ਼ਾ, ਪੀਜ਼ਾ ਖਾ ਕੇ ਆਇਆ। ਅੱਜ ਤਾਂ ਨਹੀਂ ਕੋਈ ਦੰਦ ਟੁੱਟਣ ਵਾਲਾ? ਦੰਦ ਨਹੀਂ ਟੁੱਟਣ ਵਾਲਾ ਹੋ ਗਿਆ ਹੈ, ਸਾਰੇ ਦੰਦ ਟੁੱਟ ਜਾਣੇ ਹਫ਼ਤੇ 'ਚ ਹੀ। ਆਉਣਗੇ ਵੀ ਸਹੀ ਕਿ ਨਹੀਂ ਦਿਖਾ ਹੁਣ। ਜਬ ਬਹੁਤ ਜ਼ਿਆਦਾ ਬਾਰਿਸ਼ ਆਤੀ ਹੈ ਉਦੋਂ ਲਾਈਟ ਜਾਤੀ ਹੈ, ਜਦੋਂ ਬਹੁਤ ਜ਼ਿਆਦਾ ਹਨੇਰੀ ਆਤੀ ਹੈ ਉਦੋਂ ਵੀ ਲਾਈਟ ਜਾਤੀ ਹੈ, ਜਦੋਂ ਲਾਈਟ ਜਾਤੀ ਹੈ ਉਦੋਂ ਕੁਛ ਨਹੀਂ, ਘੱਟਾ ਮਿੱਟੀ ਨਜ਼ਰ ਆਤਾ ਹੈ। ਬਹਰਹਾਲ ਇਹੀ ਕੰਮ ਹੁੰਦਾ ਯਾਰ। ਇਹ ਗੱਲ ਹੈ ਕਿ ਰਿਹਾਨ ਨੂੰ ਟੋਨ ਦੇ ਵਿੱਚ ਘਰ ਲੈ ਕੇ ਦੇਣਾ, ਅਸੀਂ ਤੇ ਇੱਥੇ ਰਹਿਣਾ ਨਾ। ਹਾਂ ਰਿਹਾਨ, ਰਿਹਾਨ ਨੂੰ, ਰਿਹਾਨ ਨੂੰ ਸੋਸਾਇਟੀ 'ਚ ਲੈ ਕੇ ਦਾਂਗੇ ਵਧੀਆ। ਹਾਂ ਬਸ ਠੀਕ ਹੈ, ਚਲੋ ਕੋਈ ਗੱਲ ਨਹੀਂ, ਕੋਈ ਬਾਹਰ ਭੇਜ ਦਾਂਗੇ ਫਿਰ ਇਹਨੂੰ, ਉੱਥੇ ਜਾ ਕੇ ਨਾ ਉੱਥੇ ਵਿਆਹ ਸ਼ਾਹ ਕਰੇ, ਉੱਥੇ ਰਹੇ। ਨਹੀਂ ਹੋਣਗੀਆਂ, ਵਾਹ ਬੱਚੇ ਖੁਸ਼ ਰੱਖੇ, ਆਬਾਦ ਰੱਖੇ, ਮੁਸਕੁਰਾਤਾ ਰੱਖੇ ਆਪਣੀ ਫੈਮਿਲੀ ਕੇ ਸਾਥ। ਅੱਲਾ ਪਾਕ ਸਭ ਕੀ ਦਿਲ ਕੀ ਖਵਾਇਸ਼ ਪੂਰੀ ਕਰੇ ਆਮੀ। ਜੋ ਲੋਕ ਪਰੇਸ਼ਾਨ ਹੈ ਅੱਲਾ ਪਾਕ ਉਨ੍ਹਾਂ ਪਰੇਸ਼ਾਨੀ ਦੂਰ ਕਰੇ, ਜੋ ਲੋਕ ਬਿਮਾਰ ਹੈ ਅੱਲਾ ਪਾਕ ਉਨ੍ਹਾਂ ਕੋ ਸਿਹਤ ਤੰਦਰੁਸਤੀ ਔਰ ਸ਼ਿਫਾ ਦੇ, ਜੋ ਲੋਕ ਦੀ ਔਲਾਦ ਅੱਲਾ ਪਾਕ ਉਨ੍ਹਾਂ ਕੋ ਪਿਆਰੀ ਸੀ ਔਲਾਦ ਸੇ ਨਵਾਜ਼ੇ। ਜੋ ਬੇਟੀ ਕੀ ਖਵਾਇਸ਼ ਰੱਖਤੇ ਹੈ ਅੱਲਾ ਪਾਕ ਉਨ੍ਹਾਂ ਬੇਟੀ ਦੇ, ਜੋ ਬੇਟੀ ਕੀ ਖਵਾਇਸ਼ ਰੱਖਤੇ ਹੈ ਅੱਲਾ ਪਾਕ ਉਨ੍ਹਾਂ ਕੋ ਬੇਟਾ ਦੇ। ਅੱਲਾ ਪਾਕ ਸਭ ਕੀ ਦਿਲ ਕੀ ਖਵਾਇਸ਼ ਪੂਰੀ ਕਰੇ ਆਮੀ। ਜੋ ਲੋਕ ਕਾਰੋਬਾਰ ਸੇ ਪਰੇਸ਼ਾਨ ਹੈ ਅੱਲਾ ਪਾਕ ਉਨ੍ਹਾਂ ਕੇ ਕਾਰੋਬਾਰ ਮੇਂ ਬਰਕਤ ਦੇ। ਜੋ ਲੋਕ ਬੱਚੀ ਔਰ ਬੱਚੇ ਦੇ ਪਿੱਛੇ ਸੇ ਪਰੇਸ਼ਾਨ ਅੱਲਾ ਪਾਕ ਸਭ ਬੱਚੇ ਕੇ ਨਸੀਬ ਬੱਚੇ ਕਰੇ, ਔਰ ਸਭ ਬੱਚੇ ਤੋਂ ਮਦਦ ਰੱਖੇ ਕਰੇ ਆਮੀ। ਜੋ ਲੋਕ ਇਸ ਦੁਨੀਆ ਸੇ ਚਲੇ ਗਏ ਅੱਲਾ ਪਾਕ ਉਨ੍ਹਾਂ ਦੇ ਨਜ਼ਰ ਕੋ ਦੋਸ਼ ਵਾਲਾ ਮੁਕਾਮ ਸਾਫ਼ ਫਰਮਾਏ। ਅੱਲਾ ਪਾਕ ਮਾਂ ਬਾਪ ਕੇ ਸਾਰੇ ਬੱਚੇ ਦੇ ਸਰ ਪਰ ਸਲਾਮਤ ਰੱਖੇ, ਆਪਣੀ ਜ਼ਮਾਨ ਮੇਂ ਰੱਖੇ। ਮੇਰੀ ਪਿਆਰੀ ਫੈਮਿਲੀ ਕੇ ਬਹੁਤ ਸਾਰੇ ਕਮੈਂਟਸ ਆਏ, ਬਹੁਤ ਸਾਰਾ ਪਿਆਰ ਹੈ, ਬਹੁਤ ਸਾਰੀ ਦੁਆਏ ਆਲ ਫੈਮਿਲੀ ਲਈ, ਲਵ ਯੂ। ਜੇ ਪਿਆਰੇ ਪਿਆਰੇ ਕਮੈਂਟਸ ਕਰਦੇ ਹਾਂ ਫੈਮਿਲੀ ਕੇ ਲਈ, ਦੁਆ ਕਰਦੇ ਹਾਂ, ਖੁਸ਼ ਹੋਤੇ ਹੈ, ਥੈਂਕ ਯੂ ਸੋ ਮਚ ਆਪਕੇ ਪਿਆਰ ਕਾ, ਮੁਹੱਬਤ ਕਾ। ਤੋ ਜੀ ਫੈਮਿਲੀ, ਯਹਾਂ ਪੇ ਜੀ ਬਹੁਤ ਤਰ੍ਹਾਂ ਹੋ ਗਿਆ ਮੌਸਮ, ਸ਼ੱਕਰਗੜ ਕਾ ਔਰ ਹੋਈ ਬਾਰਿਸ਼, ਜਿਹੜੀ ਬੈਠੀ ਹੋਈ ਹੂੰ ਕਾਮ ਚਲੇ ਗਏ ਛੱਤ 'ਤੇ, ਔਰ ਬੜਾ ਤੇਰਾ ਮੌਸਮ। ਮੈਨੂੰ ਜਲਦੀ ਜਿੱਦਾਂ ਵਲੋਗ ਸਟਾਰਟ ਕਰਦੀ ਹੈ ਬਾਰਿਸ਼, ਮੈਂ ਕਿਹਾ ਦੇਖਦੀ ਹੂੰ ਸਵਾਨ ਜੋ ਛੁੱਪਣੇ ਲਗਾਇਆ, ਸੈਡ ਵੀ ਹੋਣੇ ਲਗਾਇਆ, ਔਰ ਬਹੁਤ ਤੇਜ਼ ਬਾਰਿਸ਼ ਆ, ਕਾਮਾ ਚਲੇ ਗਿਆ ਉੱਪਰ, ਤਾਂ ਦੇਖਦੇ ਉੱਪਰ ਕਾਮਾ ਸਭ ਕਿਆ ਕਰ ਰਿਹਾ। ਮੈਂ ਕਿਹਾ ਤੁਹਾਡੇ ਕੋਲ ਸਾਥੀ ਸਫਾਈ ਵੀ ਕਰੇਗੀ, ਸਾਥ ਮੇਂ ਕੁਛ ਬਰਤਨ ਪੜੇ ਹੋਏ ਉੱਪਰ ਦੇ, ਉਹ ਵੀ ਲਿਆਉਣੇ ਆ, ਉਹ ਚਲਦੇ ਆ ਦੇਖਦੇ ਕਾਮਾ ਸਾਹਿਬ ਉੱਪਰ ਕਿਆ ਕਰ ਰਹੇ। ਬੱਚੇ ਸਾਰੇ ਆ ਗਿਆ, ਆਪਣੇ ਨਹਾਉਣਾ ਬਾਰਿਸ਼ ਮੇਂ ਨਹਾਉਣਾ, ਇਹ ਦੇਖੇ ਈਸਾ ਵੀ ਆਇਆ ਵਾ, ਈਸਾ ਕਿਆ ਹਾਲ ਹੈ, ਠੀਕ ਹੋ? ਜੀ ਫਿਰ ਯਹਾਂ ਪੇ ਜੀ ਬਹੁਤ ਪਿਆਰਾ ਮੌਸਮ ਹੋ ਗਿਆ ਵਾ, ਪਹਿਲੇ ਤਾਂ ਬੜਾ ਜੋ ਨਾ ਅੰਧੇਰੀ ਤੂਫਾਨ ਆਇਆ ਤਾਂ ਉਹ ਆ ਗਈ ਆ ਬਾਰਿਸ਼, ਤਾਂ ਮੈਂ ਜਾ ਰਹੀ ਛੱਤ 'ਤੇ, ਪਰ ਛੱਤ 'ਤੇ ਮੈਂ ਆ ਚੁੱਕੀ ਹਾਂ। ਓਏ ਹੋਏ ਓਏ ਹੋਏ, ਹਾਂ ਉਹ ਵੀ ਬੜੇ ਮਹਿੰਗੇ ਕੱਪੜੇ ਆਏ ਹੋਏ ਖਾਤਰ ਜਾ ਕੇ,
ਮੈਂ ਛੱਤ 'ਤੇ ਆ ਗਈ, ਮੈਂ ਛੱਤ 'ਤੇ ਕੰਮ ਕਰ ਰਿਹਾ, ਸਫਾਈ ਕਰਨੇ ਲੱਗਿਆ ਮੇਰੇ ਖਿਆਲ ਸੇ, ਅਤੇ ਮੌਸਮ ਬਹੁਤ ਪਿਆਰਾ ਹੋ ਗਿਆ। ਛੱਤ 'ਤੇ ਮੈਂ ਨਹੀਂ ਆਤੀ, ਮੈਂ ਬਹੁਤ ਕੰਮ ਆਤੀ ਨਹੀਂ ਹੂੰ, ਬਹੁਤ ਕੰਮ, ਵਹੀ ਦੇਰ ਬਾਅਦ ਆਈ। ਮਾਸ਼ਾ ਅੱਲਾ ਜਨਾਬ ਕਾਮਰਾ ਸਾਹਿਬ ਭਿੰਡੀ ਬਣਾ ਰਹੇ, ਭਿੰਡੀ ਲਿਆਏ ਅਤੇ ਬਾਰਿਸ਼ ਨਹੀਂ ਹੋਈ, ਲੇਕਿਨ ਥੋੜ੍ਹੀ ਬਾਰਿਸ਼ ਹੋਈ ਹੈ, ਕੰਮ ਹੋਈ ਆ, ਹਨੇਰੀ ਤੂਫਾਨ ਆ, ਜਾਣ ਜੋ ਨਾ ਯਹਾਂ ਪੇ ਪਤਾ ਨਹੀਂ ਕੋਈ ਫੈਨ ਬਣਾਉਣ ਵਾਲਾ, ਪਰ ਨਏ ਨਏ ਕੰਮ ਕਰਨ ਵਾਲਾ, ਸਾਰੇ ਕੰਮ ਕਰਨੇ ਆ ਯਹਾਂ ਨੇ। ਤੋ ਯਹਾਂ ਪੇ ਜਨਾਬ ਭਿੰਡੀ ਬਹੁਤ ਅੱਛੀ ਬਹੁਤ ਪਿਆਰੀ ਲੈ ਕੇ ਆਏ ਹੈ, ਜਿਸ ਤਰ੍ਹਾਂ ਦੇਖੇ ਆਪ ਦਿਖਾਏ, ਜਰਾ ਮੇਰੇ ਬਾਲ ਬੁਰਾ ਹਾਲ ਦਿਖਾਣਾ, ਖਟਾ ਮਿੱਠੀ ਬਹੁਤ ਬੁਰਾ। ਅਭੀ ਯਹਾਂ ਪੇ ਸਫਾਈ ਸਫਾਈ ਕੀ ਥੀ ਅਤੇ ਗੰਦਾ ਹੋ ਗਿਆ ਸਾਰਾ ਘਰ, ਗੰਦਾ ਹੋ ਗਿਆ। ਆਪ ਕਮੈਂਟਸ ਆਏਗੇ, ਘਰ ਵੀ ਸਾਫ਼ ਕਰ ਲਿਆ ਕਰੇ, ਘਰ ਸਾਫ਼ ਹੀ ਕਰਤੇ ਹੈ, ਹਨੇਰੀ ਤੂਫਾਨ ਜਬ ਆ ਜਾਏ ਤਾਂ ਵੀ ਬੁਰਾ ਹਾਲ ਹੋ ਜਾਂਦਾ ਹੈ। ਸਾਰੀ ਸਫਾਈ ਕੀ ਹੋਈ, ਸੱਤਿਆਨਾਸ਼ ਹੋ ਗਿਆ ਸਫਾਈ ਦਾ। ਤੋ ਅਭੀ ਯਹਾਂ ਪੇ ਇਹ ਦੇਖੇ ਕਿਤਨਾ ਗੰਦ ਪੜਾ ਹੋਇਆ, ਅਬ ਲਾਈਟ ਵੀ ਗਈ ਹੋਈ ਹੈ, ਤੋ ਜਬ ਲਾਈਟ ਆਤੀ ਹੈ ਤਾਂ ਵੀ ਜ਼ਾਰਾ ਫਿਰ ਮੋਟਰ ਚਲਾਏਗੇ, ਫਿਰ ਅੱਛੇ ਸੇ ਪਾਣੀ, ਖੁੱਲ੍ਹੇ ਪਾਣੀ ਸੇ ਧੋਣੇ ਵਾਲਾ ਕੰਮ ਹੋ ਗਿਆ ਸਾਰਾ, ਸਫਾਈ ਕਰੇਂਗੇ। ਤੋ ਫਿਲਹਾਲ ਮੈਂ ਆ ਗਈ ਹੂੰ ਕਿਚਨ ਮੇਂ, ਮੈਨੇ ਕਿਹਾ ਜਬ ਤੱਕ ਲਾਈਟ ਨਹੀਂ ਆਤੀ ਤਾਂ ਮੈਂ ਖਾਣਾ ਵਗੈਰਾ ਬਣਾ ਲੈਤੀ ਹੂੰ, ਹਮ ਬਣਾ ਲੇਂਗੇ ਭਿੰਡੀ ਸਭ ਮੈਂ, ਰੋਟੀ ਵਗੈਰਾ ਬਣਾਤੇ ਹੈ, ਮਿਲ ਸ਼ੇਕ ਵਗੈਰਾ ਬਣਾਇਆ ਤਾਂ, ਨਾਸ਼ਤਾ ਵਗੈਰਾ ਕੀਆ ਥਾ। ਤੋ ਉੱਪਰ ਸਫਾਈ ਕਰਤੇ ਕਰਤੇ ਕਾਫੀ ਟਾਈਮ ਹੋ ਗਿਆ, ਅਬ ਮੈਂ ਆ ਗਈ ਹੂੰ ਨੀਚੇ, ਤੋ ਮੈਂ ਹੋ ਗਈ ਹੂੰ ਫਰੈਸ਼ ਵਗੈਰਾ, ਔਰ ਬੜਾ ਮਿੱਟੀ ਧੂਲ ਗੱਤਾ ਮਿੱਟੀ ਇਹ ਵੋ, ਆਪਣਾ ਕੰਮ ਸ਼ਮ ਕਰਤੇ ਹੈ, ਸਾਥ ਸਾਥ ਇੰਜੋਏ ਕਰਤੇ ਆਪਣਾ ਆਪਣਾ ਲੋਕ, ਤੋ ਪਹਿਲੇ ਕਾ ਸਟਾਰਟ ਮੈਨੇ ਕਰ ਦਿਆ ਹੋਇਆ ਤਾਂ, ਲੇਕਿਨ ਉੱਪਰ ਕਾ ਹਨੇਰਾ ਹੋ ਗਿਆ ਵੀ ਮੈਂ ਬਣਾ ਨਹੀਂ ਪਾਈ ਇਤਨਾ ਜ਼ਿਆਦਾ, ਤੋ ਬਾਕੀ ਆਪਣਾ ਕੰਮ ਸਟਾਰਟ ਕਰਤੇ। ਜਾਣੇ ਮਨ ਤੁਝਕੋ ਹੈ ਮੇਰੀ ਕਸਮ, ਤੁਝੋ ਨਾ ਮੁਝੇ ਮਿਲਾ, ਮਰ ਜਾਊਂਗੀ ਮੈਂ ਸਨਮ। ਹੁਣ ਕੀ ਮਿਲਣਾ, ਹੁਣ ਦੋ ਮਿਲਦੇ ਹੀ ਨਾ, ਹੁਣ ਕੀ ਕਰਨਾ ਵਿੱਚੋਂ, ਹੁਣ ਭਿੰਡੀਆਂ ਮਿਲ ਜਾਣ, ਹੁਣ ਤੂੰ ਮੇਰੇ ਤੋਂ ਕੀ ਕਰਨਾ। ਆਇਲ ਗਰਮ, ਆਇਲ ਗਰਮ, ਆਇਲ ਗਰਮ ਹੋ ਗਿਆ, ਭਿੰਡੀਆਂ ਸਾਰੇ ਕਰ ਦਿੱਤੀਆਂ। ਹਾਂਜੀ, ਬਿਸਮਿਲਾ ਬਿਸਮਿਲਾ ਬਿਸਮਿਲਾ। ਇਹ ਹੈ ਜੀ ਭਿੰਡੀ, ਕੰਮ ਨੇ ਕਟਿੰਗ ਕਰ ਲਈ, ਔਰ ਬੜੀ ਅੱਛੀ, ਬੜੀ ਫਰੈਸ਼, ਬੜੀ ਪਿਆਰੀ ਭਿੰਡੀ ਹੈ, ਔਰ ਬਿਲਕੁਲ ਤਾਜ਼ਾ ਆ। ਬਿਸਮਿਲਾ ਰਹਿਮਾਨ ਰਹੀਮ, ਦੋ ਦਫਾ ਕਰਕੇ ਕਰੂੰਗੀ, ਜਲਦੀ ਹੋ ਜਾਏਗੀ। ਬਿਸਮਿਲਾ ਰਹਿਮਾਨ ਰਹੀਮ, ਕੰਮ ਕਰ ਲੈਂਦੇ ਹਾਂ ਆਪਣਾ ਸਾਥ ਸਾਥ, ਭਿੰਡੀ ਕੋ ਕਰੇਗੀ ਫਰਾਈ। ਹਾਂਜੀ ਮੇਰੀ ਜਾਨ, ਤੁਹਾਡੇ ਕਹਿਣ ਤੋਂ ਬਗੈਰ ਮੈਂ ਮਸਾਲਾ ਰੱਖ ਦਿੱਤਾ, ਮੈਨੂੰ ਤੁਸੀਂ ਬਣਾ ਦਿਓ ਅਤੇ ਫਿਰ ਦੇਖਿਓ ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ, ਜਿਹੜੀ ਕੰਮ ਹੋ ਜਾਏਗਾ ਨਾ ਮੇਰੇ ਵੀ ਆਸਾਨੀ ਹੋ ਜਾਏਗੀ। ਸਾਡਾ ਮੈਨੇ ਗੂੰਜ ਕੇ ਰੱਖ ਲਈ ਤਾਂ ਫਿਰ ਵੀ ਮੈਂ ਆਟਾ ਬੁਣਾਇਆ, ਮੈਂ ਫਿਰ ਵੀ ਰੱਖ ਦੂੰਗੀ, ਰੋਟੀ ਵਗੈਰਾ ਸਹੀ ਬਣ ਜਾਏਗੀ, ਉਹ ਇਸ ਲਈ ਸਾਰਾ ਸਾਫ ਸੁਥਰੀ ਵੀ ਲੈ ਕੇ ਆਏ ਹੋਏ ਆ। ਕੱਚਾ ਆਮ, ਕੱਚੇ ਆਮ ਕੀ ਹਮ ਬਣਾਏਗੇ, ਚਟਨੀ ਬਣਾਉਣੀ ਹੈ, ਚਟਨੀ ਭਿੰਡੀ ਵੀ ਬੜਾ ਅੱਛਾ ਮਜ਼ੇ ਕੀ ਲੱਗੀ ਆ, ਮੈਂਗੋ ਕਟਿੰਗ ਕਰਕੇ ਨਾ, ਅੰਬੀ ਅੰਬੀ ਤੋਂ ਬਹੁਤ ਭਿੰਡੀ ਮੈਂ ਡਾਲਦੇ ਹਾਂ ਸਾਥ ਨਾ, ਭਿੰਡੀਆਂ ਭਾਈ ਫਰੇ ਹੋ ਗਈ ਆ, ਜਾਂ ਭਾਈ ਜੀ ਕੱਚੇ ਆਮ, ਕੱਚਾ ਆਮ ਕਟਿੰਗ ਕੀਆ, ਹਾਫ ਡਾਲਾ ਇਸ ਕੇ ਅੰਦਰ, ਹਾਫ ਜੀ ਕਟਿੰਗ ਕਰ ਲਈ ਆ ਇਸ ਤਰ੍ਹਾਂ ਸੇ, ਔਰ ਯਹਾਂ ਪੇ ਜੀ ਮਸਾਲਾ ਬਿਸਮਿਲਾ, ਪਿਆਜ਼ ਟਮਾਟਰ ਹਰੀ ਮਿਰਚ ਅਦਰਕ, ਇਹ ਅਦਰਕ ਹੈ ਇਸੇ ਮੈਂ ਡਾਲਦੀ ਹੈ, ਪਿਆਜ਼ ਚੂਰ ਸਾਹਮਣੇ ਨੇ ਕੱਢੀ ਹੋਈ ਹੈ, ਬਸ ਇਸ ਮੈਂ ਡਾਲੇਂਗੇ ਮਸਾਲੇ, ਅਭੀ ਵੀ ਡਾਲੇਂਗੇ ਜੀ ਮੇਰੇ ਕੋਲ ਨਾ ਥੋੜ੍ਹਾ ਜਿਹਾ ਭੁੰਨ ਕੇ ਨਾ,
ਕਵਰ ਕਰ ਦੂੰਗੀ। ਸੋਚਿਆ ਫਿਰ ਇਸ ਚੰਗੇ ਬਾਅਦ ਮੈਂ ਖਾ ਲੈਂਦੀ ਮਸਾਲੇ ਵਗੈਰਾ, ਥੋੜ੍ਹੀ ਸਾਰੀ ਰੋਟੀ ਬਣਾ ਲੈਂਦੀ ਹੁੰਦੀ ਹੈ, ਕਟਿੰਗ ਕੀ ਹੋਈ ਮੇਰੀ ਇਸ ਚੰਗੇ ਸ਼ਾਮਿਲ ਕਰਦੇ ਆ ਸਾਗ। ਯਹਾਂ ਪੇ ਜੀ ਨਮਕ, ਲਾਲ ਮਿਰਚ, ਕੁੱਟੀ ਹੋਈ ਲਾਲ ਮਿਰਚ, ਜ਼ੀਰਾ, ਹਲਦੀ, ਇਹ ਜੀ ਮਸਾਲਾ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਕਹਿੰਦਾ ਜੀ ਮੈਂ ਡਾਲ ਦੀ ਹੈ ਜੀ, ਬਸ ਮੈਂ ਨਾ ਹਲਾ ਹਲੂ ਕੇ ਉਸ ਤੋਂ ਮੈਨੇ ਕਰ ਦੇਣਾ ਹੈ ਕਵਰ, ਫਿਰ ਮੈਂ ਨਾ ਰੋਟੀ ਬਣਾਉਂਦੀ ਇਸ ਸਾਈਡ 'ਤੇ। ਜੇ ਮਸਾਲਾ ਅੱਛੇ ਸੇ ਡਨ ਹੋ ਜਾਏਗਾ ਨਾ ਤਾਂ ਫਿਰ ਮੈਂ ਨਾ ਇਸ ਕਵਰ ਕਰ ਦੂੰਗੀ, ਅਤੇ ਫਿਰ ਇਸ 'ਚ ਮੈਨੂੰ ਡਾਲੇਗੀ ਭਿੰਡੀ ਥੋੜ੍ਹੀ ਦੇਰ ਤੱਕ ਸਬੂਨ ਬਣਾਈਆਂ ਕਰਕੇ। ਹਾਂਜੀ ਮੈਡਮ ਜੀ, ਕਿੰਨੀ ਕੁ ਦੇਰ ਆ ਭਿੰਡੀਆਂ ਛਿੰਡੀਆਂ ਫਰਾਈ ਕਰਕੇ ਸਾਰਾ ਕੁਛ ਤਾਂ ਮੈਂ ਕਰਕੇ ਦੇ ਦਿੱਤੇ ਦਾ, ਤਾਂ ਫਿਰ ਵੀ ਇੰਨੀ ਦੇਰ ਲਾਉਂਦੇ ਪਏ ਹੋ? ਪਕਾ ਵੀ ਲਿਆ ਕਰੋ, ਪਕਾ ਵੀ ਲਿਆ ਕਰੋ, ਤਾਂ ਉਹ ਵੀ ਪਕਾ ਲਾਂਗੇ ਰੋਟੀਆਂ ਹੀ ਆ ਜਾ ਕੇ ਉਹ ਜਾ ਕੇ ਬਣਾਈ ਗਈ ਹੈ। ਮੈਂ ਜਾਣਾ ਵੈਸੇ ਨਹੀਂ, ਡਰਾਮੇ ਨਾ ਕਰੋ, ਇੰਨੀ ਦੇਰ ਤਾਂ ਨਹੀਂ ਹੋਈ ਆ, ਦੇਰ ਹੋ ਗਈ ਆ ਹੋਰ ਥੋੜ੍ਹੀ ਆ। ਤੁਸੀਂ ਇਹ ਕੰਮ ਕੀਤਾ ਹੈ ਕਿ ਸੇਕ ਸੂਕ ਦਵਾਓ ਜੀ? ਵੈਸੇ ਸਾਡੇ ਇੱਕ ਗੱਲ ਹੈ ਆ ਕਿ ਸਾਡੇ ਨਾ ਹੁਣ ਸਾਡੇ ਮੁਲਕ ਦੇ ਵਿੱਚ ਮਾਸ਼ਾਅੱਲਾ ਇੱਕ ਬੜੀ ਜ਼ਬਰਦਸਤ ਗੱਲ ਹੈ ਕਿ ਜਦੋਂ ਹਨੇਰੀ ਤੂਫਾਨ ਚੱਲਦੀਆਂ ਨੇ ਤਾਂ ਲਾਈਟ ਉਸਨੇ ਚੱਲ ਜਾਂਦੀ ਹੈ। ਲਾਈਟ ਕਹਿੰਦੇ ਅਸੀਂ ਜਾਣਾ ਪਹਿਲੇ, ਹਾਂ ਕਿਉਂਕਿ ਉਹ ਐਸ ਨਹੀਂ ਕਿ ਲਾਈਟ ਨੂੰ ਥੋੜ੍ਹੀ ਜਿਹੀ ਸਾਡੇ ਸ਼ਗੜ ਹਨੇਰੀ ਚੱਲੇ ਅਤੇ ਇੰਝ ਲਾਈਟ ਲੈ ਕੇ ਜਾਂਦੇ ਨੇ ਕਿ ਬਹਾਨਾ ਚਾਹੀਦਾ ਹੁੰਦਾ ਉਹਨਾਂ ਨੂੰ, ਜਿਹਦਾ ਮੌਸਮ ਸਹੀ ਹੋ ਜਾਏ ਲੋਕ ਹਵਾ ਹਨੇਰੀ ਆਉਂਦੀ ਆ, ਕੋਈ ਹਵਾ ਆਉਂਦੀ ਆ, ਬਾਰਿਸ਼ ਆਉਂਦੀ ਆ ਤਾਂ ਉਹਦਾ ਇੰਜੋਏ ਕਰ ਲੈਂਦੇ ਨੇ। ਇੱਥੇ ਲਾਈਟਾਂ ਚੱਲ ਜਾਂਦੀਆਂ, ਹਨੇਰੇ ਪੈ ਜਾਂਦੇ ਨੇ ਅਤੇ ਬੁਰੇ ਹਾਲਤ ਮੰਦੇ ਦਿਹਾੜੇ ਕਿ ਬਸ ਜੀ ਹੁਣ ਲਾਈਟ ਭੇਜ ਦਿਓ ਜਾਂ ਉਹ ਨਾ ਟ੍ਰਾਂਸਫਾਰਮ ਸਾੜ ਦਿਓ। ਵੱਡੀ ਵੱਡੀ ਈਦ ਜਦੋਂ ਆਉਣੀ ਆ ਨਾ ਤੇ ਮੁਹੱਲੇ ਦਾ ਟ੍ਰਾਂਸਫਾਰਮ ਸੜ ਜਾਣਾ ਤੇ ਲੋਕਾਂ ਨੇ ਫਰਿੱਜਾਂ ਦੇ ਵਿੱਚ ਜਿਹੜਾ ਗੋਸ਼ਤ ਪਾਏ ਦਾ ਹੋਣਾ ਨਾ ਉਹ ਸਾਰਾ ਹੀ ਖਰਾਬ ਹੋ ਜਾਣਾ। ਤੇ ਐਸੀ ਤੁਹਾਡੀ ਮਿਹਰਬਾਨੀ ਆ ਜਿਨ੍ਹਾਂ ਨੇ ਫਰਿੱਜਾਂ 'ਚ ਗੋਸ਼ਤ ਇਕੱਠਾ ਕਰਨ ਦੀ ਸੋਚਦੇ ਪਏ ਨੇ, ਚੁੱਪ ਕਰਕੇ ਵੰਡ ਦਿਓ ਗਰੀਬ ਲੋਕਾਂ ਨੂੰ। ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਹੈ, ਵਾਰਨਿੰਗ ਰੋਜ਼ ਦੇਣੀ ਆ, ਰੋਜ਼ ਯਾਦ ਕਰਾਉਣਾ, ਰੋਜ਼ ਯਾਦ ਆਏਗਾ ਤਾਂ ਰੋਜ਼ ਇਹਨਾਂ ਨੂੰ ਇਹ ਗੱਲ ਜ਼ਿੰਦ ਵਿੱਚ ਰਹੇਗੀ। ਬਿਲਕੁਲ, ਜਦੋਂ ਤੁਹਾਡੇ ਮਹੱਲੇ ਦਾ ਟ੍ਰਾਂਸਫਾਰਮ ਖਰਾਬ ਹੋਏਗਾ ਤਾਂ ਮੈਨੂੰ ਯਾਦ ਕਰ ਲਿਓ ਕਿ ਕਾਮਰਾਨ ਭਾਈ ਨੇ ਗੱਲ ਕੀਤੀ ਸੀ, ਉਹ ਸਹੀ ਗੱਲ ਕੀਤੀ ਸੀ ਕਿਉਂਕਿ ਹਰ ਈਦ ਦੇ ਉੱਤੇ ਹੁੰਦਾ, ਕਿਉਂਕਿ ਲੋਕਾਂ ਨੇ ਫਰਿੱਜਾਂ ਵੀ ਤੇਜ਼ ਕਰਕੇ 7 ਨੰਬਰ ਦੇ ਉੱਤੇ ਤੇਜ਼ ਕੀਤੀ ਦੀਆਂ ਹੁੰਦੀਆਂ ਕਿ ਬਰਫ਼ ਜੰਮੇ ਹਰ ਚੀਜ਼ ਤੇ ਬਹਰਾਂ ਲੈ ਜਿਹੜੇ ਟੋਨ ਹੁੰਦੇ ਨਾ ਉਹ ਟੋਨ ਵਾਲਾ ਹੋਰ ਹਿਸਾਬ ਹੈ, ਜਿਹੜੇ ਦੂਸਰੇ ਆਬਾਦੀਆਂ ਦੇ ਵਿੱਚ ਰਹਿੰਦੇ ਆ ਨਾ ਇੱਧਰ ਜਿਹੜੇ ਸਾਡੇ ਵਾਂਗ ਦਿਹਾਤੀ ਇਲਾਕਿਆਂ ਚ ਰਹਿੰਦੇ ਨੇ, ਹਾਂ ਤੇ ਇਹ ਬਹੁਤ ਜ਼ਿਆਦਾ ਲੋਕ ਨੇ ਕਿਚਨ ਵੀ ਚੜੀ ਹੋਏ ਦਾ ਹੁੰਦਾ ਹੈ, ਲੋਕ ਟੋਨ ਵਾਲਿਆਂ ਨੂੰ ਕੀ ਪਤਾ ਕਿ ਅੰਦਰ ਬਾਹਰ ਟਿਨ ਟਿਪ ਟੋਨ ਹੋਈ ਦੀ ਹੁੰਦੀ ਹੈ ਯਾਰ। ਜਿਹੜੇ ਟੋਨ ਦੇ ਵਿੱਚ ਰਹਿੰਦੇ ਆ ਨਾ ਉਹਨਾਂ ਨੂੰ ਆਮ ਲੋਕਾਂ ਦੀ ਲਾਈਫ ਦਾ ਨਹੀਂ ਨਾ ਪਤਾ ਹੈ ਕਿ ਉਹ ਕੈਸੇ ਨੇ, ਗੱਲ ਹੈ ਕਿ ਨਹੀਂ ਅਸੀਂ ਸਾਡਾ ਅਸੀਂ ਟੋਨ ਸਹੀ ਹੈ ਸਾਡਾ।
ਸਾਡੀ ਜਿਹੜੀ ਟੋਨ ਆ ਨਾ ਉਹ ਸਹੀ ਹੈ। ਮਹਾਰਾਜ ਜੀ ਅੱਲਾਹ ਤਾਲਾ ਜਿੱਥੇ ਜਿਹਨੂੰ ਰੱਖਦਾ ਸਹੀ ਰੱਖਦਾ। ਮਹਾਰਾਜ ਅਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਖੁਸ਼ ਹਾਂ, ਅਸੀਂ ਟੋਨ ਦੇ ਵਿੱਚ ਹਾਂ ਅਤੇ ਭਾਵੇਂ ਟਿਪ ਟੋਨ 'ਚ ਹੈ ਮਗਰ ਸਹੀ ਹੈ। ਪਰ ਇਹ ਕਿ ਲਾਈਟ ਜਿਹੜੀ ਜਾਂਦੀ ਹੈ ਨਾ, ਜਬ ਬਹੁਤ ਜ਼ਿਆਦਾ ਬਾਰਿਸ਼ ਆਤੀ ਹੈ ਉਦੋਂ ਲਾਈਟ ਜਾਤੀ ਹੈ, ਜਦੋਂ ਬਹੁਤ ਜ਼ਿਆਦਾ ਹਨੇਰੀ ਆਤੀ ਹੈ ਉਦੋਂ ਵੀ ਲਾਈਟ ਜਾਤੀ ਹੈ, ਜਦੋਂ ਲਾਈਟ ਜਾਤੀ ਹੈ ਉਦੋਂ ਕੁਛ ਨਹੀਂ ਘੱਟਾ ਮਿੱਟੀ ਨਜ਼ਰ ਆਤਾ ਹੈ। ਬਹਰਹਾਲ ਇਹੀ ਕੰਮ ਹੁੰਦਾ ਹੈ। ਯਾਰ ਇਹ ਗੱਲ ਹੈ ਕਿ ਰਿਹਾਨ ਨੂੰ ਟੋਨ ਦੇ ਵਿੱਚ ਘਰ ਲੈ ਕੇ ਦੇਣਾ, ਅਸੀਂ ਤੇ ਇੱਥੇ ਰਹਿਣਾ ਨਾ। ਹਾਂ ਰਿਹਾਨ ਰਿਹਾਨ ਨੂੰ ਸੁਸਾਇਟੀ 'ਚ ਲੈ ਕੇ ਦਾਂਗੇ ਵਧੀਆ। ਹਾਂ ਬਸ ਠੀਕ ਹੈ, ਚਲੋ ਕੋਈ ਗੱਲ ਨਹੀਂ, ਕੋਈ ਬਾਹਰ ਭੇਜ ਦਾਂਗੇ ਫਿਰ ਇਹਨੂੰ, ਉੱਥੇ ਜਾ ਕੇ ਨਾ ਉੱਥੇ ਵਿਆਹ ਸ਼ਿਆਹ ਕਰੇ, ਉੱਥੇ ਰਹੇ, ਸਾਨੂੰ ਕੋਈ ਜ਼ਰੂਰਤ ਨਹੀਂ ਇਹਦੀ, ਸਾਡੇ ਕੋਲ ਜਾਣ ਰਹੇਗਾ ਬੁਢਾਪੇ ਦਾ ਸਹਾਰਾ। ਨਾ ਨਾ ਅਸੀਂ ਟੋਨ 'ਚ ਜਾਣਾ ਹੀ ਨਹੀਂ, ਟੋਨ 'ਚ ਅਸੀਂ ਸ਼ਕਰਗੜ੍ਹ ਦੀ ਗਲੀ 'ਚ ਰੁਲਣਾ, ਅਸੀਂ ਟੋਨ 'ਚ ਨਹੀਂ ਜਾਣਾ। ਤੂੰ ਤਾਂ ਬਾਹਰ ਦੇ ਮੁਲਕ ਦੀ ਗੱਲ ਕਰ ਰਿਹਾ, ਕਿਉਂ ਆਸਫਾ? ਹਾਂਜੀ ਤੇ ਚਲੋ ਭਿੰਡੀਆਂ ਪਕਾਓ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਮਾਸ਼ਾਅੱਲਾ। ਮਰਸਾ ਹੀ ਖਿਲਾ ਦੇਣੀ ਵਾਹ ਜੀ ਵਾਹ, ਮਜ਼ਾ ਹੀ ਆ ਗਿਆ। ਮਾਸ਼ਾਅੱਲਾ ਮਾਸ਼ਾਅੱਲਾ, ਬੁਰਕੀ ਹੈ, ਮਜ਼ੇ ਵਾਲੀ ਬੁਰਕੀ ਹੈ। ਆਇਓ ਭਿੰਡੀਆਂ, ਆਇਓ ਰੋਟੀ, ਗਰਮ ਗਰਮ ਭਿੰਡੀਆਂ ਅਤੇ ਗਰਮ ਗਰਮ ਰੋਟੀ। ਅੱਛਾ ਜੀ ਜਨਾਬ, ਹੁਣ ਗੱਲ ਹੈ ਕਿ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਸਾਡੀ ਦੁਕਾਨ ਦੇ ਵਿੱਚ ਬਹੁਤ ਜ਼ਬਰਦਸਤ ਚਾਰ ਹੈ, ਹਰ ਤਰ੍ਹਾਂ ਦਾ, ਨਿੰਬੂ, ਲਸਣ, ਫਾਲਸੇ, ਚਨੇ, ਅਦਰਕ, ਜੜਾ, ਕਲਵੰਜੀ, ਹਰ ਚੀਜ਼ ਪੈਂਦੀ ਹੈ, ਲਸੂੜੇ, ਮਿਰਚ। ਅਤੇ ਗੱਲ ਹੈ ਕਿ ਤੁਸੀਂ ਸਾਲਣ ਨਹੀਂ ਪਕਾਉਣਾ, ਤੇ ਸਾਲਣ ਨਹੀਂ ਖਾਣਾ ਤੇ ਚਾਰ ਨਾਲ ਰੋਟੀ ਖਾਣੀ ਹੈ। ਸਾਲਣ ਕੀ ਹੈ? ਨਹੀਂ ਸਾਲਣ ਨਹੀਂ ਪਕਾਉਣਾ, ਚਾਰ ਲੈ ਕੇ ਜਾਣਾ। ਤੇ ਗੱਲ ਹੈ ਕਿ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਸਾਡੇ ਕੋਲ ਨਾ ਚਾਰ ਪਿਆਜ਼ ਨਾਲ ਚਾਰ ਛਾਰ ਤੇ ਰੋਟੀਆਂ, ਬਹੁਤਾ ਗੋਸ਼ਤ ਗੋਸ਼ਤ ਨਹੀਂ ਖਾਣਾ, ਪਰਹੇਜ਼ ਨਾਲ ਖਾਣਾ ਹੈ, ਫਿਰ ਸਬਜ਼ੀਆਂ ਵੀ ਨਾਲ ਨਾਲ ਖਾਣੀਆਂ, ਕਫਾਇਸ਼ਾਰੀ ਨਾਲ, ਰਵਾਦਾਰੀ ਨਾਲ ਚੱਲਣਾ ਹੈ, ਬਾਰ ਬਾਰ ਦੱਸਣਾ। ਰਿਹਾਨ ਨੇ ਲੱਗਦਾ ਗੋਸ਼ਤ ਖਾਣਾ ਰਿਹਾਨ। ਹਾਂ ਤੇ ਫਿਰ ਗੱਲ ਹੈ ਕਿ ਦੱਸੇ ਦਾ ਬਿਹਤਰ ਹੈ ਕਿ ਜ਼ਿਆਦਾ ਗੋਸ਼ਤ ਖਾਣ ਨਾਲ ਗਰਮੀ ਹੈ, ਹਜ਼ਮ ਨਹੀਂ ਹੁੰਦਾ ਅਤੇ ਬਿਮਾਰ ਜੋ ਹੋਣਾ ਹੈ, ਡਾਕਟਰਾਂ ਕੋਲ ਜੋ ਜਾਣਾ ਹੈ, ਤਾਂ ਉਹੀ ਤਰੀਕੇ ਨਾਲ ਖਾ ਲੈਣਾ ਬਾਹਰੋਂ ਲੈ ਕੇ। ਜ਼ਹਿਰ ਜਿਹੜੀ ਚੀਜ਼, ਯਾਰ ਯਕੀਨ ਕਰ ਮੈਂ ਸਹੀ ਦੱਸਾਂ ਕਿ ਬੜੀ ਈਦ ਦੇ ਬਾਅਦ ਨਾ ਬਹੁਤ ਜ਼ਿਆਦਾ ਡਾਕਟਰਾਂ ਕੋਲ ਰਸ਼ ਪਿਆ ਰਹਿੰਦਾ, ਲੋ ਫੂਡ ਪਾਈਜ਼ਨ ਹੋ ਜਾਂਦਾ, ਬਹੁਤ ਜ਼ਿਆਦਾ ਲੋਕਾਂ ਦੇ ਪ੍ਰੋਬਲਮਾਂ ਹੁੰਦੀਆਂ, ਅਤੇ ਇਹ ਚੀਜ਼ਾਂ ਦਾ ਉਹਨਾਂ ਧਿਆਨ ਰੱਖਣਾ। ਡਾਕਟਰ ਤਾਂ ਵਿਚਾਰੇ ਨੇ ਕੀ ਖੁਸ਼ ਹੋਣਾ, ਉਹਨਾਂ ਨੂੰ ਦੌੜ ਲੱਗੀ ਰਹਿੰਦੀ ਹੈ। ਅਤੇ ਬਾਹਰ ਭਿੰਡੀਆਂ ਦੀ ਬੁਰਖੀਆਂ ਆਸਫਾ ਤੋੜੀ ਜਾ ਰਹੀ ਹੈ, ਬੜੀਆਂ ਜ਼ਬਰਦਸਤ, ਤਾਂ ਮੂੰਹ 'ਚ ਪਾਣੀ ਛੱਡਿਆ ਹੀ ਜਾ ਰਿਹਾ ਅਤੇ ਆਪੇ ਹੀ ਖਾਈ ਜਾ ਰਹੀ ਹੈ। ਚਲੋ ਇੱਕ ਅੱਧੀ ਬੁਰਖੀ ਬੰਦਾ ਕਿਸੇ ਨੂੰ ਵੀ ਖਿਲਾ ਹੀ ਦਿੰਦਾ। ਸਾਹਮਣੇ ਕਿਸ ਤਰ੍ਹਾਂ ਆਉਣਾ? ਮਾਸ਼ਾਅੱਲਾ ਜੀ ਮਾਸ਼ਾਅੱਲਾ, ਰਾਜੇ ਰਾਜੇ ਖਾਨ ਦੇ ਬਿੱਲੀਆਂ ਬਿੱਲੀਆਂ ਝਾਂਗਦੀਆਂ, ਰਿਹਾਨ ਨੂੰ ਨਹੀਂ ਖਿਲਾਉਣੀ। ਰਿਹਾਨ ਮਾਸ਼ਾਅੱਲਾ, ਰਿਹਾਨ ਜਿਹੜਾ ਨਾ ਬਾਹਰ ਜਾ ਕੇ ਉਦੋਂ ਨਾ ਭਿੰਡੀ ਆਪੇ ਬਣਾਏਗਾ ਤੇ ਆਪੇ ਹੀ ਖਾਏਗਾ। ਜਿਹਨੂੰ ਟੇਸਟੀ ਬੜਾ ਹੀ ਮਜ਼ੇਦਾਰ, ਬਹੁਤ ਟੇਸਟੀ। ਵਾਹ ਜੀ ਵਾਹ, ਵਾਹ ਜੀ ਵਾਹ,
ਮਾਸ਼ਾਅੱਲਾ ਭਿੰਡੀਆਂ ਹਰੀਆਂ ਹਰੀਆਂ ਵੀ ਵਿੱਚ ਬਣੀਆਂ ਯਾਰ ਸਹੀ ਬੇਟੀ ਉਹਨੂੰ ਫਰਾਈ ਕੀਤਾ ਨਾ ਫਰਾਈ ਕਰਕੇ ਬਣਾਈਆਂ ਰਮੀ ਬਣੀਆਂ ਯਾਰ ਉਹ ਰੋਟੀ ਵੀ ਸੇਕਣੀ ਨਾਲ ਨਾਲ ਰੋਟੀ ਨਾ ਮੇਰੀ ਸੜ ਜਾਇਆ ਯਾਦ ਰੱਖਿਓ ਉਹ ਸੜ ਗਈ ਆ ਵੇਖਿਆ ਉਹ ਤੁਹਾਨੂੰ ਦੇਣੀ ਮੈਂ ਤੁਹਾਨੂੰ ਦੇਣੀ ਮੈਂ ਹੁਣ ਫਿਰ ਤੂੰ ਕਹਿੰਦੀ ਆ ਨਾ ਰੋਟੀ ਸੜ ਗਈ ਆ ਰਿਹਾ ਨੂੰ ਖਿਲਾਵਾਂਗੇ ਯਾਰ ਕਿਉਂਕਿ ਟੋਨ ਦੀਆਂ ਗੱਲਾਂ ਕਰਦਾ ਜਿਹੜੀਆਂ ਬਾਹਰ ਦੇ ਮੁਲਕ ਜਾਂ ਸ਼ਹਿਰਾਂ ਦੀਆਂ ਜਿਹੜੀਆਂ ਹੁੰਦੀਆਂ ਟੋਨ ਵਾਲੀਆਂ ਫੈਮਲੀਆਂ ਸੜੀ ਦੀਆਂ ਰੋਟੀਆਂ ਪਕਾਉਂਦੀਆਂ ਤੇ ਜ਼ਿਆਦਾਤਰ ਦੇਸੀ ਦੇਸੀ ਜਿਹੜੀਆਂ ਨਾ ਭਿੰਡੀਆਂ ਦੇਸੀ ਦੇਸੀ ਰੋਟੀਆਂ ਹਾਂਜੀ ਅੱਜ ਸਫਾਈ ਵੀ ਕਰਨੀ ਪੈਣੀ ਆ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਨਾ ਤਾਂ ਫਿਰ ਸਫਾਈ ਕਰਦੇ ਆ ਮਾਸ਼ਾਅੱਲਾ ਮੈਂ ਤਾਂ ਯਾਦ ਕਰ ਰਹੀ ਆ ਫਿਰ ਖਾ ਲਓ ਤੁਸੀਂ ਵੀ ਖਾਓ ਮੈਂ ਵੀ ਖਾ ਲੈਣੀ ਆ ਅੱਛਾ ਮਾਸ਼ਾਅੱਲਾ ਯਹਾਂ ਪੇ ਜੀ ਸਮਾਨ ਆ ਗਿਆ ਇਹ ਪਤਾ ਨਹੀਂ ਕਹਾਂ ਗਿਆ ਬਰਾਤੇ ਅੱਜ ਕੱਲ੍ਹ ਕਹਾਂ ਗਏ ਵੇ ਤੇ ਰੈਸਟੋਰੈਂਟ ਕੌਣ ਸੇ ਰੈਸਟੋਰੈਂਟ ਗਏ ਸੀ ਅੰਡੇ ਮੀਰ ਯਾਰ ਹਮੇ ਕੀ ਖਾਇਆ ਪੀਜ਼ਾ ਇਹ ਬੇਜਨ ਪੀਜ਼ਾ ਖਾ ਕੇ ਤੇ ਅੱਜ ਤਾਂ ਨਹੀਂ ਕੋਈ ਦੰਦ ਟੁੱਟਣ ਵਾਲਾ ਦਾਂਤ ਨਹੀਂ ਵੀ ਟੁੱਟਣ ਵਾਲਾ ਹੋ ਗਿਆ ਹੈ ਇਹ ਤਾਂ ਹਿੱਲਾ ਕੀੜਾ ਹਿੱਲਾ ਉਹ ਮੇ ਜਾਣਾ ਸਾਰੇ ਦੰਦ ਟੁੱਟ ਜਾਣੇ ਹਫਤੇ ਸੀ ਅੰਗੇ ਵੀ ਸਹੀ ਕਿ ਨਹੀਂ ਦਿਖਾ ਤੂੰ ਪੇਨ ਤਾਂ ਨਹੀਂ ਹੋਈ ਦੰਦ ਦੇ ਜਾਂ ਤੇਰੇ ਤੀਰ ਸਾਰੇ ਟੁੱਟ ਕੇ ਆ ਗਏ ਨਹੀਂ ਮੇਰੇ ਦੰਦ ਸਹੀ ਹੈ ਬਿਲਕੁਲ ਸਹੀ ਹੈ ਮੰਮਾ ਬਣਾਉਣ ਲੱਗੀ ਹੈ ਚਾਹੇ ਮੇ ਜਾਣਾ ਟ੍ਰਾਂਸਫਾਰਮ ਤੇ ਉੱਡ ਗਿਆ ਸਾਰੇ ਮੁਲਕ ਦੀ ਲੜ ਗਈ ਕਹਿੰਦੇ ਪਾਕਿਸਤਾਨ ਦੇ ਵਿੱਚ ਲੜ ਗਏ ਪੁੱਛੋ ਫਰਾਂਸ ਨੂੰ ਤੁਹਾਡੇ ਵੀ ਗਈ ਅਜੀ ਤੁਹਾਡੇ ਵਾਲੀ ਵੀ ਲੜ ਗਈ ਦੀ ਹੈ ਉਹਦੀ ਸੁਬਾ ਦੱਸਣਾ ਹੈ ਮੈਂ ਤਾਂ ਚਲੀ ਕਿਚਨ ਮੇ ਯਹਾਂ ਪੇ ਬਣਾਉਂਗੀ ਅਬ ਮੈਂ ਚਾਹੇ ਸਭ ਕੇ ਲੀਏ ਰਿਹਾਨ ਗਿਆ ਹੈ ਬਾਹਰ ਤੋ ਯਹਾਂ ਪੇ ਜੀ ਹਮ ਚਾਹੇ ਸਾਹਿਬ ਬਣਾਤੇ ਉਸਕੇ ਲੀਏ ਰੱਖ ਦੇਂਗੇ ਤੋ ਆਪਣੀ ਚਾਹੇ ਪੀਤੀ ਹੈ ਸਾਥ ਖਾਣਾ ਵਗੈਰਾ ਖਾ ਲਈ ਹੈ ਤੋ ਵੀ ਜਬ ਲਾਈਟ ਆਤੀ ਹੈ ਨਾ ਫਿਰ ਸਫਾਈ ਕਰੇਂਗੇ ਫਿਲਹਾਲ ਪਹਿਲੇ ਚਾਹੇ ਬਣਾਤੇ ਹੈ ਹਾਂਜੀ ਕੀ ਗੱਲ ਹੋ ਗਿਆ ਤੁਹਾਨੂੰ ਨੇਰੇ ਦੇ ਵਿੱਚ ਬੈਠਣ ਦਾ ਮਜ਼ਾ ਨਹੀਂ ਆਉਂਦਾ ਅਸਵਾ ਦਾ ਮੂੰਹ ਨਹੀਂ ਨਜ਼ਰ ਆਉਂਦਾ ਨੇਰੇ ਚ ਬੈਲੀ ਲੈਟ ਤੇ ਹੈ ਨਾ ਯਾਰ ਜਿੰਨੀਆਂ ਮੈਂ ਲੈਟਾਂ ਬਾਲ ਕੇ ਰੱਖੀਆਂ ਹੁੰਦੀਆਂ ਨੇ ਨਾ ਉਨੇ ਹੀ ਨੇਰਾ ਹੋ ਗਿਆ ਯੂਪੀਐਸ ਵੀ ਬੰਦ ਹੋ ਗਿਆ ਵੀ ਜਵਾਬ ਦੇ ਗਿਆ ਜੇ ਚਾਂਦਨੀ ਰਾਤੇ ਬਹੁਤ ਚਾਂਦਨੀ ਰਾਤੇ ਹਵਾ ਵੈਸੇ ਚੱਲ ਰਹੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਵੈਸੇ ਇਹ ਦੇਖੀ ਜੀ ਸੁਬਾਹ ਨਹੀਂ ਆ ਰਹੀ ਹੈ ਨਹੀਂ ਅੱਛਾ ਤਾਂ ਨਹੀਂ ਆ ਰਹੀ ਹੈ ਬਾਹਰ ਸਾਡੀ ਸ਼ਰਟ ਬੜੀ ਜ਼ਬਰਦਸਤ ਲੱਗਿਆ ਮੈਨੂੰ ਆਪ ਨਹੀਂ ਲੱਗਦਾ ਕੰਮ ਤੇ ਉਲਟ ਹੋ ਗਿਆ ਡਰਾਉਣਾ ਸਮਾਨ ਹੋਈ ਡਰਾਉਣੇ ਮੈਨੂੰ ਪਿਆ ਹਾਂਜੀ ਆ ਜਾ ਮੈਂ ਚਲਾਵਾਂ ਮੋਟਰਸਾਈਕਲ ਤੂੰ ਤਾਂ ਆਉਂਦਾ ਵੇ ਤੂੰ ਜ਼ਰੂਰੀ ਨਹੀਂ ਤੂੰ ਚੱਲ ਸਿਬਾਂ ਤੂੰ ਘਰ ਚੱਲ ਜਾ
ਕਿਹੜਾ ਡਿਫਰੈਂਸ ਹੈ ਨਾ, ਲਾਈਟ ਤੋਂ ਗਈ ਹੈ ਚੱਲ, ਯੂਪੀਐਸ ਹੋ ਗਿਆ ਬੰਦ, ਬਾਈ ਸਾਈਡ ਚੱਕਰ ਲਗਾ ਗਿਆ, ਬਾਈ ਸੀ ਚੰਗੀ ਚੰਗੀ ਹਵਾ ਆ ਗਈ ਹੈ ਨਾ, ਖਾ ਗਿਆ ਤੇ ਯਹਾਂ ਪੇ ਪਤਾ ਨਹੀਂ ਸਾਰੇ ਤੋਂ ਲਾਈਟ ਗਈ ਹੈ ਤੇ ਕੌਣ ਕੋਲ ਨਹੀਂ ਕੋਲ ਕੋਈ ਹੋ ਗਈ ਤਾਂ ਖਾ ਲੈਂਗੇ, ਬੰਦ ਹੋ ਗਈ ਤਾਂ ਵੀ ਨਹੀਂ ਖਾਈ ਗਈ ਲਾਈਟ ਗਈ ਹੈ ਬਾਜੀ। ਅੱਛਾ ਬੰਦ ਹੀ ਰਹੇ, ਕੋਈ ਮਸਲਾ ਨਹੀਂ ਹੈ, ਕੋਈ ਨੂੰ ਖਾਣਾ ਖਾਣਾ ਤਾਂ ਖਾਇਆ ਹੋਇਆ, ਸ਼ਹਿਰ ਹੀ ਗਈ ਸੀ ਮੈਂ, ਜੇ ਤਾਂ ਬਾਹਰ ਕਾ ਬਹਾਨਾ ਥਾ ਮੇਰਾ ਇਹ ਖਾਣੇ ਕਾ, ਅਤੇ ਬਾਈ ਜਾ ਕੇ ਨਾ ਚੱਕਰ ਲਗਾਓ ਮੇਰਾ ਪਿਆਰੀ ਸਕੂਲ ਗੱਡੀ ਹਵਾ ਉਹ ਲੈ ਲਈ ਸਾਡਾ ਵੀ ਮੈਂ ਆਪਾਂ ਨੂੰ ਮਨੇ ਕਰੂੰ ਬਾਈ ਮਾਣੇ ਕਰੀ ਆਪਦਾ ਮੂਡ ਮੈਂ ਤਾਂ ਪਿਆਰਾ ਪਿਆ ਹੋ ਜਾਏ ਹੋਰ। ਅੱਛਾ ਜੋ ਐਸੀ ਨਾਮ ਖਾਤੇ ਉਹ ਬੰਦ ਹੈ, ਜੋ ਮੇਰੀ ਪਸੰਦ ਦੀ ਹੈ, ਜੋ ਕਾਂਗਰਸ ਦੀ ਪਸੰਦ ਦੀ ਹੈ ਉਹ ਖੁੱਲ੍ਹੀ ਹੈ। ਬੰਦ ਹੈ ਹਾਂਜੀ, ਮਜ਼ਾ ਆ ਰਿਹਾ ਬਾਈ ਲੈ ਕੇ ਆਈ ਹਾਂ ਆਪਣੇ ਆਈਸਕ੍ਰੀਮ ਖਿਲਾਉਣੀ ਜੀ ਵਾਲੀ ਸਾਰੀ ਵਾਲੀ ਨੂੰ ਕਿਹਾ ਸਾਰੀ ਲੈ ਆਉਣਾ, ਪਿਸਤਾ ਅਖਰੋਟ ਬਦਾਮ ਹੈਂ ਕਹਿੰਦੇ ਸੀ ਜਿੰਨੇ ਵੀ ਸਾਡੇ ਲੀਵਰ ਸੀ ਕਹਿੰਦੇ ਸੀ ਕਿ ਕਾਬਲਾਂ ਨੂੰ ਖਾਣਾ ਵੀ ਬਾਅਦ ਦਾ ਖਿਲਾਉਣਾ ਹੈ ਅਤੇ ਆਈਸਕ੍ਰੀਮ ਵੀ ਖਿਲਾਉਣੀ ਹੈ, ਲੇਕਿਨ ਅੱਜ ਮੈਨੇ ਆਪਣੀ ਪਸੰਦ ਕਾ ਭਿੰਡੀ ਬਣਾਈ ਹੈ ਆਪਣੀ ਚਾਹ ਵੀ ਪਸੰਦ ਕੀ ਬਣਾਈ ਚਾਰ ਪੰਜ ਵਾਰੀ ਤਾਂ ਪੁਲਿਸ ਮਾਰ ਹੈ ਹੀ ਅੱਜ ਮੌਸਮ ਇਤਰਾ ਦਾ ਹਨੇਰੀ ਤੂਫਾਨ ਲਾਈਟ ਉਹਨਾਂ ਨੇ ਲਗਾਇਆ ਜਨਰੇਟਰ ਬਸ ਕਾਮਰਾਨ ਕੋ ਨਾ ਕਿਆ ਕਹਿੰਦੇ ਖਿਲਾਉਂਗੀ ਬਾਹਰ ਦਾ ਖਾਣਾ ਕਿਸੇ ਦਿਨ ਨਾ ਆਰਾਮ ਸਕੂਨ ਸੇ ਜਿਸ ਦਿਨ ਮੌਸਮ ਅੱਛਾ ਹੋਗਾ, ਬਹੁਤ ਦੂਰ ਸੀ ਤੁਹਾਨੂੰ ਮੈਂ ਬਾਹਰ ਦਾ ਖਾਣਾ ਘੱਟਾ ਮਿੱਟੀ ਨਹੀਂ ਖਵਾਉਣਾ, ਖਾਣਾ ਹੀ ਖਵਾਉਣਾ ਇਹ ਵਾਲਾ ਫਲੇਵਰ ਜੋ ਨਾ ਮੰਗਵਾ ਲਏ ਸਾਰੇ ਵਾਲੇ ਮਿਕਸ ਸਾਰੇ ਮੰਗਵਾ ਲਏ ਅੱਛਾ ਜੀ ਯਹਾਂ ਸੇ ਨਾ ਮੈਂ ਇਹ ਵਾਲਾ ਮੰਗਵਾਇਆ ਮਿਕਸ ਨਹੀਂ ਨਹੀਂ ਇਹ ਵਾਲੀ ਇਹ ਮਿਕਸ ਮੰਗਵਾਇਆ ਸਪੈਸ਼ਲ ਮੈਂ ਔਰ ਕਾਮਰਨ ਜੋ ਹੈ ਨਾ ਦੋਨੋਂ ਹੀ ਖਾ ਲਏ ਪਿਆ ਇਕੱਠੇ ਹਾਂਜੀ ਦੇਖ ਲਈ ਨਾ ਕੌਣ ਜ਼ਿਆਦਾ ਖਾਦਾ ਮੈਂ ਦਿਖਾਊਂਗੀ ਸਾਡੇ ਮੂੰਹ ਲੱਗਦਾ ਤੁਸੀਂ ਅੱਛਾ ਠੀਕ ਹਾਂ ਫਿਰ ਮਾੜੀ ਆਈਸਕ੍ਰੀਮ ਆ ਗਈ ਹੈ ਉਹ ਫਲੇਵਰ ਚੈੱਕ ਕਰ ਲਏ ਸਾਰੇ ਹੀ ਕਿਸਦਾ ਫਲੇਵਰ ਸਭ ਤੋਂ ਪਹਿਲੇ ਖਾਦੇ ਹੈ ਖਜੂਰ ਹੈ ਬਹੁਤ ਹੀ ਮਜ਼ੇਦਾਰ ਹੈ ਸਾਰੀ ਬਹੁਤ ਟੇਸਟੀ ਹੈ ਖਾ ਲਿਆ ਫਿਰ ਪੰਜੀ ਸ਼ਮਾਰ ਰੋਡ ਦੇ ਉੱਤੇ ਦੁਕਾਨ ਦੁਕਾਨ ਦੇਖ ਲਓ ਫਰੈਂਡਸ ਕਾਮਰਾਨ ਦਵਾ ਦਾ ਲੱਗਿਆ ਦਵਾ ਦਾ ਕਾਮਰਾਨ ਕਰੋ ਮੈਂ ਤਾਂ ਕਿਹਨੀਂ ਦੀ ਤਾਂ ਛੱਡ ਦਿੱਤੀ ਐਸੀ ਬਸ ਕਾਮਰਾਨ ਜ਼ਿਆਦਾ ਖਾਈ ਆ
ਡਰਾਮਾ ਸਾਰਾ ਖਾ ਗਿਆ ਤੁਸੀਂ, ਜ਼ਿਆਦਾ ਕਿਹਨੇ ਖਾਧੀ ਤੁਸੀਂ? ਇਹ ਦੇਖੋ ਇਹ ਵੀ ਪੀਂਦੇ ਆ, ਇਹ ਬਸ ਕਰ ਦੇ ਬਸ ਕਰ ਦੇ ਹੁਣ ਠੀਕ ਹੈ। ਮੈਂ ਕਾਮਨਾ ਕੋ ਬਾਈ ਲੈ ਕੇ ਆਈ ਹੂੰ, ਮੈਂ ਸੈਰ ਕਰਵਾਈ ਹੈ, ਹਮ ਖੁਸ਼ ਹੋ ਗਏ ਹੋ ਕਿ ਨਹੀਂ? ਚਲੋ ਦੋ ਪੇਮੈਂਟ ਦੋ ਘੰਟੇ ਉਹ ਥੋੜ੍ਹਾ ਅੱਗੇ ਠੰਡੀ ਹਵਾ ਆ ਗਈ, ਚਲੋ ਫਿਰ ਦੂਜੀ ਸਾਈਡ 'ਤੇ ਲੈ ਜਾਓ। ਸਾਰੇ ਹੋ ਗਏ, ਅਸੀਂ ਕੰਮ ਖਤਮ ਕਰਦੇ ਸਾਰੇ, ਸਬਜ਼ੀ ਖਤਮ ਵਾਸ਼ ਕਰਨੇ ਆ, ਪਾਣੀ ਖਤਮ ਹੋ ਜਾਣਾ, ਲੈ ਚਲੀ ਗਈ ਆ, ਲੁੱਕ ਵੀ ਗਈ, ਰੋਲ ਲਗਾ ਕੇ ਰੋਲ ਲਗਾ ਕੇ ਹਈਸ਼ ਰੋਲ ਲਗਾ ਕੇ ਹੈ ਨਾ, ਆਈ ਨਾ ਬਾਹਰ ਠੰਡੀ ਹਵਾ, ਅਗਰ ਹਮ ਜਾਏਗੀ ਨਾ ਤੁਸੀਂ ਆਪ ਤਾਂ ਕਿ ਲੰਬਾ ਸਾ ਚੱਕਰ ਲਗਵਾ ਕੇ ਨਾ, ਫਿਰ ਮੈਂ ਘਰ ਜਾਊਂਗੀ ਤੁਹਾਨੂੰ ਅਗਰ ਕਦੀ ਨਹੀਂ, ਅਗਰ ਚੱਕਰ ਲੰਬਾ ਸਾ ਲਗਵਾ ਕੇ ਫਿਰ ਚਲਦੇ ਹਾਂ। ਪਾਨ ਕੁਛ ਪੀਣਾ ਹੋਏਗਾ, ਦਿਲ ਕਰਦਾ ਪਾਣੀ ਖਾਣੇ ਦਾ, ਮੇਰੇ ਖਾ ਲਓ ਕੀ ਕੀ ਪਾਣਾ ਕਾਮਨਾ ਨੇ ਪਾਣੀ। ਆਹੋ ਯਾਰ ਖੁਸ਼ਬੂ ਵਾਲੀ ਹੁੰਦੀ ਹੈ ਜਿਹੜੀ ਹੈ, ਚਲੋ ਫੇਰ ਮੈਂ ਸਾਲ ਬਾਅਦ ਲਿਆਈ ਆਈ ਨਾ ਘੁੰਮ ਕੇ ਆਏ ਹੈ ਤੋ ਯਹਾਂ ਪੇ ਯੇ ਦੇਖੇ ਆਦਮ ਨੇ ਕਹਿੰਦਾ ਮੈਨੇ ਬਾਹਰ ਜਾਣਾ ਹੈ, ਮੌਸਮ ਇੰਜੋਏ ਕਰਨਾ ਹੈ, ਤੋ ਆਇਤ ਕੇ ਪੈਰ ਕੋ ਲੱਗੀ ਚੋਟ, ਹੱਡੀ ਟੁੱਟ ਗਈ, ਇਸ ਲਈ ਨੰਗੇ ਪਾਉ ਹੈ, ਤੋ ਇਸ ਕੀ ਹੱਡੀ ਟੁੱਟ ਗਈ ਹੈ, ਸੁਬਹ ਇਨਕਾ ਪਲਸਤਰ ਹੋਗਾ ਆਇਤ ਕਾ, ਔਰ ਯੇ ਦੇਖੇ ਅਬ ਕਹਤੇ ਮੁਝੇ ਬਾਹਰ ਲੈ ਕੇ ਜਾਓ, ਜ਼ਿੱਦ ਕਰ ਰਹੀ ਥੀ ਮਖਰੇ ਗੱਦੀ ਦੀ ਹੈ ਨਾ, ਔਰ ਉਹ ਸੱਟ ਲੱਗੀ ਦੇ ਉਹ ਸਾਡੇ ਅਬ ਇਸ ਕੋ ਬਾਹਰ ਲੈ ਕੇ ਜਾਣਾ ਹੈ, ਘੁਮਾਣਾ ਹੈ, ਫਿਰਾਣਾ ਹੈ, ਔਰ ਯੇ ਦੇਖੇ ਆਦੋ ਵੀ ਤੰਗ ਆ ਰਹਾ ਹੈ, ਤੋ ਯਹਾਂ ਹੈਲੋ ਫਜਰ ਵੀ ਕਹਿ ਰਹੀ ਮੈਨੇ ਜਾਣਾ ਹੈ, ਮੂਸਾ ਵੀ ਕਹਿ ਰਿਹਾ ਮੈਨੇ ਜਾਣਾ ਹੈ, ਅਬ ਇਨਕੋ ਲੈ ਕੇ ਜਾਣੇ ਵਾਲੇ ਹਾਂ, ਆ ਗਿਆ ਬੱਚੇ ਰੈਡੀ ਹੈ ਜਾਣੇ ਕਿਉਂ, ਤੋ ਬਸ ਅਬ ਇਨਕੋ ਨਾ ਬਾਹਰ ਘੁਮਾ ਕੇ ਲੈ ਕੇ ਆਤੇ ਹੈ, ਜਾਣਾ ਆਪਣੇ ਆਦਮ ਜਾਣੇ ਮੇਰੇ ਕਾਕੇ ਨੇ, ਬੱਚੇ ਨੇ ਜਾਣਾ ਇੰਜੋਏ ਕਰਨੇ ਆਏ ਕੇ ਬਹੁਤ ਕਹਿ ਰਹੀ ਧਿਆਨ ਰੱਖਣਾ ਸਵੈਲਿੰਗ ਵਗੈਰਾ ਨਾ।
ध्यान से हाँ होगा। यहाँ पे ये देखिए जी आदम है, आदम के साथ कमियाँ मिले दो चार बातें, इसके साथ थोड़ा सा खेलेंगे इंजॉय करेंगे फिर हम घर जाएंगे। तो बस यहाँ पे एक्टिविटी भी खत्म करते हैं, इंशाल्लाह हम सुबह मिलेंगे नई अच्छी नई गुड मॉर्निंग के साथ नए अच्छे लोग के साथ। तब तक के लिए अल्लाह हाफिज़, बाय 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 आदम।